प्यारे दोस्तों, आज हमारे बीच में हमारे लेबर के काम को करने वाले वर्कर आए हुए हैं, जिनका 15 सालों से ज्यादा एक्सपीरियंस लेबर के काम में है। बूटा सिंह जी, सत श्री अकाल। सत श्री अकाल जी। बूटा सिंह जी, ये दसो के लेबर का काम तुसी 8 घंटे नॉन स्टॉप कैसे कर लेंगे हो? ਕੀ ਕਰੀਏ ਜੀ, ਮਜਬੂਰੀ ਹੈ ਜੀ, ਕਰਨਾ ਪੈਂਦਾ ਪਰ ਪੈਂਦਾ ਜੀ, ਢਿੱਡ ਨੂੰ ਧੱਕਾ ਦੇਣਾ ਪੈਂਦਾ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਜੇ ਕੰਮ ਨਾ ਕਰੀਏ ਜੀ ਤੇ ਕੰਮ ਆਪਣਾ ਗੁਜ਼ਾਰਾ ਨਹੀਂ ਟੁਰਦਾ ਜੀ। ਬਿਲਕੁਲ ਬਿਲਕੁਲ, ਘਰ ਤੋਂ ਇਕੱਲੇ ਕਮਾਉਣ ਵਾਲੇ ਆ ਜੀ, ਕੋਈ ਸਹੂਲਤ ਹੈ ਨੀ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਮਕਾਨ ਨਹੀਂ, ਮੈਂ ਇਹ ਪੁੱਛਦੇ, ਇਤਨਾ ਔਖਾ ਕੰਮ ਹੈ ਤੇ ਇੰਨਾ ਔਖਾ ਕੰਮ ਕਿਵੇਂ ਕਰ ਲੈਂਦੇ ਹੋ? ਮੈਂ ਹੁਣ ਦੇਖਿਆ ਕਿ ਤੁਸੀਂ 8 ਘੰਟੇ ਨੋਨ ਸਟੋਪ ਕੰਮ ਕਰਿਆ, ਇੱਟਾਂ 100 ਇੱਟਾਂ ਤੀਜੀ ਮੰਜ਼ਿਲ ਦੀ ਛੱਤ ਤੇ ਤੁਸੀਂ ਆਖਤੀਆਂ, ਰੇਤਾ ਇੱਕ ਰੇੜੀ ਚੱਕ ਕੇ 1.5 ਘੰਟੇ ਦੇ ਵਿੱਚ ਤੁਸੀਂ ਚਕਾਤੀਆਂ, ਇਹ ਤੁਹਾਡੇ ਚ ਇੰਨਾ ਜਜ਼ਬਾ ਕਿਵੇਂ ਆਇਆ? ਵੇਖੋ ਜੀ, ਸਾਨੂੰ ਇਹ ਹੁੰਦਾ ਜੀ ਬਈ ਅਸੀਂ ਦੂਰ ਜਾਣਾ ਹੁੰਦਾ, ਹਨੇਰਾ ਪੈ ਜਾਂਦਾ ਜੀ, ਫਿਰ 100 ਬੰਦੇ ਨੂੰ ਮਿਲਣਾ ਹੁੰਦਾ ਜੀ, ਗਾਂ ਕੰਮ ਲੈਣਾ ਹੁੰਦਾ ਜੀ। ਹਾਂਜੀ ਹਾਂਜੀ, ਇਹ ਚੱਕਰ ਹੈ ਜੀ। ਠੀਕ ਹੈ, ਮਤਲਬ ਇਸ ਕਰਕੇ ਤੁਸੀਂ ਛੇਤੀ ਛੇਤੀ ਕੰਮ? ਹਾਂ, ਛੇਤੀ ਕੰਮ ਕਰ। ਠੀਕ ਹੈ, ਤੇ ਇਹ ਤੁਸੀਂ ਕਿਵੇਂ ਸਿੱਖਿਆ ਇਹ ਕੰਮ? ਮਤਲਬ ਹਰ ਕੋਈ ਮੇਰੇ ਵਰਗਾ ਬੰਦਾ ਕੰਮ ਨਹੀਂ ਕਰ ਸਕਦਾ। ਮੈਂ ਤੁਹਾਨੂੰ ਕਹਾਂ ਕਿ ਮੈਂ ਇੱਟਾਂ ਚੱਕ ਕੇ ਤੀਜੀ ਮੰਜ਼ਿਲ ਤੇ ਰੱਖਦਾ, ਮੈਂ ਨਹੀਂ ਰੱਖ ਸਕਦਾ। ਮੈਨੂੰ ਤੁਸੀਂ ਕਹੋਗੇ ਕਿ ਇੱਟਾਂ ਵੀ ਮੇੜੀ ਆ ਥੱਲੋਂ ਚੱਕ ਕੇ ਉੱਤੇ ਰੱਖਦੇ, ਮੈਂ ਨਹੀਂ ਕਰ ਸਕਦਾ। ਇਹ ਤੁਸੀਂ ਕੰਮ ਕਿਵੇਂ ਸਿੱਖਿਆ? ਇਹ ਕੰਮ ਜੀ ਅਸੀਂ ਬਚਪਨ ਤੋਂ ਹੀ ਲੱਗ ਕੇ ਮਤਲਬ ਕਿ ਪੈ ਗਏ ਸੀ ਜੀ ਕੰਮ ਦਿਹਾੜੀ ਚ। ਅੱਛਾ, ਪਹਿਲੇ ਆਪਾਂ ਦਿਹਾੜੀ ਕਰਦੇ ਰਹੇ, ਫਿਰ ਹੌਲੇ ਵੱਧਦੇ ਵੱਧਦੇ ਆਪਾਂ ਠੇਕੇਦਾਰੀ ਚ ਵੜ ਗਏ। ਬਿਲਕੁਲ, ਫਿਰ ਕਰਦੇ ਕਰਦੇ ਸਰੀਰ ਪੱਕਦਾ 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 ਹੀ ਪੱਕ ਗਏ। ਅੱਛਾ, ਯਾਨੀ ਇਹ ਪ੍ਰੈਕਟਿਸ ਚਾਹੀਦੀ ਹੈ? ਹਾਂ, ਯਾਨੀ ਆਪਾਂ ਹੌਲੀ ਹੌਲੀ ਪਹਿਲੇ ਘੱਟ ਇੱਟਾਂ ਲੈ ਕੇ ਉੱਤੇ ਜਾਈਏ, ਫਿਰ ਹੋਰ ਇੱਟਾਂ ਲੈ ਕੇ ਜਾਈਏ, ਪ੍ਰੈਕਟਿਸ ਹੋ ਜਾਂਦੀ ਹੈ। ਠੀਕ ਹੈ, ਦੇਖੋ ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਜੋ ਵੀ ਲੇਬਰ ਦਾ ਕੰਮ ਹੁੰਦਾ ਉਹਨੂੰ ਪ੍ਰੈਕਟਿਸ ਹੀ ਚਾਹੀਦੀ ਹੈ। ਤੁਸੀਂ ਘੱਟ ਇੱਟਾਂ ਲੈ ਕੇ ਉੱਤੇ ਜਾਓ, ਫਿਰ ਹੋਰ ਇੱਟਾਂ ਲੈ ਕੇ ਜਾਓ, ਇੱਟਾਂ ਜਾ ਕੇ ਆਓ, ਤਾਂ ਤੁਹਾਨੂੰ ਇਸ ਤਰ੍ਹਾਂ ਪ੍ਰੈਕਟਿਸ ਹੋ ਜਾਏਗੀ। ਹੁਣ ਮੈਨੂੰ ਨਹੀਂ ਲੱਗਿਆ ਤੁਸੀਂ ਥੱਕੇ ਵੀ ਨਹੀਂ ਬਿਲਕੁਲ। ਹਾਂ, ਥਕਾਵਟਾਂ ਨਹੀਂ ਹੋਈ ਤੁਹਾਨੂੰ? ਨਾ ਨਹੀਂ। ਹਾਂ, ਇਹ ਹੁਣ ਫਿਰ ਮਤਲਬ ਕਿ ਆਪਣੇ ਕੰਮ ਦੇ ਘਰ ਦੇ ਦੋਸਤਾਂ ਯਾਰਾਂ ਨੂੰ ਮਿਲਣਗੇ ਆ। ਇਸ ਤੋਂ ਇਲਾਵਾ ਹੋਰ ਕੌਣ ਸੇ ਕੰਮ ਹੈ ਜੋ ਬਹੁਤ ਮੁਸ਼ਕਲ ਹੈ ਲੇਬਰ ਦੇ ਕੰਮ ਵਿੱਚ, ਆਮ ਬੰਦਾ ਨਹੀਂ ਕਰ ਸਕਦਾ? ਕਈ ਕੰਮ ਐਵੇਂ ਹੀ ਹੁੰਦੇ ਨੇ ਜੀ, ਬੰਦੇ ਕੋ ਬੇਵਸ ਹੋ ਜਾਂਦਾ, ਬੰਦੇ ਕੋ ਨਹੀਂ ਕੰਮ ਹੁੰਦਾ, ਬੰਦਾ ਢਿੱਲਾ ਮੱਠਾ ਵੀ ਹੋ ਜਾਂਦਾ, ਬੰਦੇ ਦਾ ਸਰੀਰ ਨਹੀਂ ਕੰਮ ਕਰਦਾ, ਕਈ ਬੰਦਾ ਮਤਲਬ ਕਿ ਪੌੜੀਆਂ ਤੋਂ ਵੀ ਚੱਕਰ ਆ ਜਾਂਦਾ। ਮੈਂ ਦੇਖਿਆ ਤੁਸੀਂ ਬਿਲਕੁਲ ਗਿਰੇ ਵੀ ਨਹੀਂ, ਕੱਟ ਗਏ ਹੋ। ਬਹੁਤਾ ਜੀ ਬਚਪਨ ਤੋਂ ਲੱਗ ਕੇ ਹੁਣ ਤਾਂ ਹੀ ਆਪਾਂ ਕੰਮ ਕਰ ਰਹੇ ਹਾਂ, ਕੋਈ ਦਿੱਕਤ ਨਹੀਂ ਹੈ। ਦਿੱਕਤ ਨਹੀਂ ਹੈ। ਹਾਂ, ਠੀਕ ਹੈ। ਤੇ ਇੱਕ ਹੋਰ ਗੱਲ ਦੱਸੋ ਕਿ ਜਿਹੜੇ ਮਸਾਲਾ ਬਣਾਉਂਦੇ ਆ, ਇਸ ਚ ਵੀ ਕਲਾ ਹੈ? ਹਾਂ, ਇਸ ਚ ਵੀ ਕਲਾ ਹੈ ਜੀ। ਹਾਂਜੀ, ਦੱਸੋ। ਜੇ ਵੇਖੋ ਜੀ, ਘਰ ਸਮਿੰਟ ਪੈ ਜੇ ਤੇ ਉਹ ਝੜਨ ਲੱਗ ਜੇਗਾ ਜੀ। ਠੀਕ ਹੈ, ਜੇ ਆਪਾਂ ਤੇਜ਼ ਰੱਖਾਂਗੇ, ਚਾਰ ਇੱਕ ਦੇ ਹਿਸਾਬ ਨਾਲ ਲਾਵਾਂਗੇ ਬਿਲਕੁਲ ਲਪਾਈ ਨੂੰ ਜੀ, ਉਹ ਫਿਰ ਝੜਨ ਨੀ ਲੱਗਾ ਜੀ ਬਿਲਕੁਲ। ਯਾਨੀ ਜ਼ਿਆਦਾ ਸਿਮਟ ਵੀ ਨਹੀਂ ਪਾ ਸਕਦੇ, ਜ਼ਿਆਦਾ ਨਹੀਂ ਪਾ ਸਕਦੇ। ਬਹੁਤ ਵਧੀਆ ਗੱਲ ਕਹੀ ਹੈ। ਇਹ ਉਹਨੂੰ ਹੀ ਪਤਾ ਹੁੰਦਾ ਹੈ ਜਿਸਨੇ ਮਤਲਬ ਕਿ ਕੰਮ ਕੀਆ ਹੁੰਦਾ ਹੈ, ਜਿਸਨੇ ਕੰਮ ਕੀਆ ਹੁੰਦਾ ਹੈ ਇਹ ਵਾਲਾ। ਠੀਕ ਹੈ, ਤੋ ਹਮ ਇਹ ਜੋ ਲੇਬਰ ਕੰਮ ਕਹਾਂ ਸੇ ਸਿੱਖ ਸਕਤੇ ਹੈ? ਵੇਖੋ ਜੀ, ਪਹਿਲੇ ਤੋਂ ਆਪਕੋ ਦਿਹਾੜੀ ਕਰਨੀ ਪੜੇਗੀ। ਮਤਲਬ ਕਿਨ ਕੇ ਪਾਸ? ਮਿਸਤਰੀਆਂ ਦੇ ਪਾਸ। ਉਹ ਉਸ ਤੋਂ ਪੈਸੇ ਦੇਣਗੇ ਮਿਸਤਰੀ? ਨਾ, ਮਤਲਬ ਕਿ ਜੇ ਤੇ ਆਪਾਂ ਕਹਾਂਗੇ ਲੇਬਰ ਚੌਂਕ ਤੇ ਜਾਈਏ, ਹਾਂਜੀ ਬਈ ਸਾਨੂੰ ਤੁਰਤ ਪੈਸੇ ਚਾਹੀਦੇ ਨੇ, ਹਾਂ ਹਾਂ, ਫਿਰ ਤੇ ਦੇਣ ਦੇ ਜੀ ਬਿਲਕੁਲ। ਜੇ ਆਪਾਂ ਕਹਾਂਗੇ ਹਮ ਇਹ ਕਹੀਏ ਕਿ ਹਮੇ ਨਾ ਕੰਮ ਨਹੀਂ ਆਤਾ,
जैसे मैं जाऊँ लेबर चौक में और मैं कहूँ की भैया मुझे लेबर का काम नहीं आता, तो वो लेबर को मिस्त्री तो मुझे देके नहीं जाएगा, तो मैं कैसे काम सीखूंगा? मिस्त्री जब लेके ही नहीं जाएगा फिर काम कैसे करेगा? नहीं मतलब कि मैं लेबर चौक में गया और मैंने काम सीखना है, वो कहेगा तेरे को काम आता है, तो पहली बार कैसे काम सीखे? देखो जी पहले तानू लेके तो जरूर जाएगा जी, पहले तानू सिखाएगा, पहले घट पैसे देगा, पहले घट पैसे देगा, मालिक नू कहेगा जी 170 रुपए दिहाड़ी की। देखो इन्हां ने देखो इन्ने मेहनती हैगे आ साडे, मजबूरियां मार गियां, अज जी आटा नहीं है, अज खंड नहीं है जी, अज पत्ती नहीं है, अज बिल नहीं है, अज बहुत लेबर दे काम च पैसा आ जांदा तां खर्चे पूरे हो जांदे आ, सरकार चल जांदी 8-9 दी कमाई नाल खर्चा पूरा हो जांदा। हां अच्छा मतलब कि ये मतलब कि आपां नूं होर की सिखिया लेबर काम च? ਹੋਰ ਕੰਮ ਚ ਜੀ ਜੇ ਆਪਾਂ ਜੇ ਆਖੀਏ ਪੈਸਾ ਜੁੜ ਜਾਏਗਾ, ਪੈਸਾ ਤੇ ਨਹੀਂ ਜੀ ਜੁੜਦਾ। ਅੱਛਾ ਖਰਚਾ ਪਰਚਾ ਹੀ ਟੁਰੀ ਜਾਂਦਾ। ਅੱਛਾ ਮਤਲਬ ਕਿ ਇਸ ਦਾ ਮਤਲਬ ਇਹ ਹੈ ਕਿ ਕੋਈ ਵੀ ਬੰਦਾ ਅਗਰ ਲੇਬਰ ਕੰਮ ਕਰੇ ਉਹ ਭੁੱਖਾ ਨਹੀਂ ਮਰ ਸਕਦਾ। ਹਾਂ ਨਹੀਂ ਮਰ ਸਕਦਾ, ਮਤਲਬ ਕਿ ਉਹ ਕਹੇ ਕਿ ਮੈਂ ਭੁੱਖਾ ਮਾਰੇ ਆ, ਮੈਂ ਖੁਦਕੁਸ਼ੀ ਕਰ ਰਿਹਾ। ਹਾਂ ਉਹ ਲੇਬਰ ਚ ਹੋ ਕੇ ਮਿਹਨਤ ਕਰਦੇ, ਉਹ ਭੁੱਖਾ ਨਹੀਂ ਮਰ ਸਕਦਾ, ਨਹੀਂ ਮਰ ਸਕਦਾ। ਠੀਕ ਹੈ, ਇਹ ਲੋਕ ਝੂਠ ਬੋਲਦੇ ਆ ਕਿ ਆ, ਮੈਂ ਸੁਣੀ ਅਖਬਾਰਾਂ ਵਿੱਚ ਆਉਂਦੇ ਆ ਕਿ ਭੁੱਖਮਲੀ ਨਾਲ ਗਰੀਬੀ ਨਾਲ ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ। ਹਾਂ ਇਹ ਗਲਤ ਕੰਮ ਹੈ ਜੀ, ਇਹ ਗਲਤ ਕੰਮ। ਹਾਂ ਜੇ ਆਪਾਂ ਮਿਹਨਤ ਕਰਾਂਗੇ ਤਾਂ ਪੈਸਾ ਮਿਲੇਗਾ ਜੀ, ਜੇ ਆਪਾਂ ਘਰ ਬੈਠੇ ਰਹਾਂਗੇ ਕੌਣ ਦੇਗਾ? ਬਹੁਤ ਵਧੀਆ ਗੱਲ ਕਹੀ ਹੈ ਕਿ ਦੇਖੋ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਬਾਕੀ ਗੱਲ ਇਹ ਹੈ ਕਿ ਪੈਸਾ ਜੁੜਨ ਦੀ ਹੈ ਕਿ ਦੋ ਪੈਸੇ ਆਉਂਦੇ ਹੀ ਆ, ਅਗਰ ਉਹਨੇ ਆਪਾਂ ਕੋਈ ਦੁਕਾਨ ਖੋਲ ਸਕੇ ਤਾਂ ਆਪਾਂ ਕੰਮ ਵੀ ਲਗਾ ਸਕਦੇ ਹਾਂ ਪੈਸਾ ਇਹ। ਆਪ ਲਾ ਦੋ 40 ਰੁਪਏ ਕਿਲੋ ਖਾਂਦੇ, ਕੀ ਉਹ ਤੇ ਵਿੱਚ ਮਜ਼ਦੂਰ ਕਰੇਗਾ, ਕੀ ਉਹ ਲਾਏਗਾ, ਕੀ ਬਿਲਕੁਲ। ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਮਜ਼ਦੂਰ ਨੂੰ ਅੱਜ ਕੱਲ ਬਹੁਤ ਤੰਗੀਆਂ ਆ ਗਈਆਂ, ਫਿਰ ਵੀ ਦੇਖੋ ਇਹ ਮਿਹਨਤੀ ਲੋਕ ਹੈ। ਦੇਖੋ ਬਹੁਤ ਵਧੀਆ ਗੱਲ ਕੀਤੀ ਹੈ ਕਿ ਖਰਚਾ ਨੂੰ ਬਚਾ ਕੇ ਘਰ ਦੀ ਗ੍ਰਹਿਸਤੀ ਨੂੰ ਚਲਾ ਕੇ ਆ, ਅੱਜ ਇਹਨਾਂ ਦੇ 4 ਬੱਚੇ ਹੈ, ਠੀਕ ਹੈ, ਤਾਂ ਵੀ ਇਹ ਗੱਡੀ ਚਲਾ ਰਹੇ ਹੈ, ਠੀਕ ਹੈ। ਹੋਰ ਤੁਸੀਂ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰੋ, ਰਿਸਕ ਹੈ ਇਸ ਕੰਮ ਵਿੱਚ? ਰਿਸਕ ਜੀ ਕਹੀਏ ਤੇ ਦਿਹਾੜੀ ਲੱਗਦੀ ਹੈ ਜੀ, ਕਈ ਦਿਨ 4-4 ਦਿਨ 5-5 ਦਿਨ ਖਾਲੀ ਵੀ ਜਾਣਾ ਪੈਂਦਾ ਜੀ। ਬਹੁਤ ਵੱਡਾ ਰਿਸਕ ਹੈ, ਇੱਕ ਤਾਂ ਬਿਜ਼ਨਸ ਦੀ ਤਰ੍ਹਾਂ ਤੁਹਾਡਾ ਰਿਸਕ ਹੈ, ਤੁਸੀਂ ਇੱਕ ਦਿਹਾੜੀ ਦਾ ਲੇਬਰ ਹੋ ਤੇ ਤੁਸੀਂ ਰਿਸਕ ਲੈਂਦੇ ਹੋ। ਹਾਂ ਸਾਨੂੰ ਵੀ ਅੱਜ ਰਿਸਕ ਲੈਣਾ ਚਾਹੀਦਾ ਹੈ, ਬਹੁਤ ਸਾਰੇ ਲੋਕ ਬਿਜ਼ਨਸ ਕਰਨ ਨੂੰ ਡਰਦੇ ਹੈ।
ਤਾਂ ਆਪਾਂ ਲੇਬਰ ਨੂੰ ਦੇਖੀਏ ਕਿ ਉਹਨਾਂ ਨੂੰ 10 ਦਿਨ 5 ਦਿਨ ਲੇਬਰ ਨਹੀਂ ਮਿਲਦੀ, ਫਿਰ ਵੀ ਲੇਬਰ ਚੋਕ ਤੇ ਆਉਂਦੇ ਆ, ਫਿਰ ਵੀ ਆਉਂਦੇ ਆ। ਹਾਂ ਹੋਰ ਵੀ 5 ਦਿਨ ਜੀ ਖਾਲੀ ਜਾਂਦਾ ਰਹੀ। ਦੇਖੋ ਜੀ ਇਹਨਾਂ ਨੇ ਕਿਹਾ ਕਿ 5 ਦਿਨ ਇੱਕ ਕੰਮ ਨਹੀਂ ਕਰਿਆ, ਫਿਰ ਵੀ ਲੇਬਰ ਚੋਕ ਤੇ ਆਏ ਆ ਉਸ ਰੱਬ ਦੇ ਨਾਂ ਤੇ। ਹਾਂ ਕਿ ਕੋਈ ਨਾ ਕੋਈ ਅੱਜ ਮਿਲ ਜਾਏਗਾ, ਕੋਈ ਨਾ ਕੋਈ ਮਿਲ ਜਾਏ। ਅੱਛਾ ਇਹ ਦੱਸੋ ਕਿ ਸਦਾ ਜੀ ਕਿ ਆਪਾਂ ਹੋਰ ਕੀ ਰਿਸਕ ਹੈ? ਹੋਰ ਰਿਸਕ ਹੈ ਜੀ ਜੇ ਮਤਲਬ ਕਿ ਜੇ ਆਪਾਂ ਨਾ ਆਵਾਂਗੇ ਘਰ ਨੂੰ, ਨਹੀਂ ਇੱਕ ਮਤਲਬ ਜਿਵੇਂ ਆਪਾਂ ਮਿਸਤਰੀ ਕੋਲ ਬੈਠੇ ਆ ਕੰਮ ਕਰਦੇ, ਕੰਮ ਦੇ ਦੌਰਾਨ ਕੋਈ ਰਿਸਕ ਹੁੰਦਾ, ਕੋਈ ਚੀਜ਼ ਗਿਰ ਜੇ ਉੱਥੋਂ ਆਪਾਂ ਥੱਲੇ ਗਿਰ ਜਾਈਏ, ਉਹ ਤੇ ਫਿਰ ਦਿਹਾੜੀ ਤੇ ਲੱਗੇ ਜਾਂਦਾ ਨਾ ਜੀ, ਉਹ ਤੇ ਫਿਰ ਮੌਤ ਦਾ ਖਤਰਾ ਆਪਣੇ ਹੱਥ ਹੈ। ਅੱਛਾ ਹੋ ਵੀ ਸਕਦੀ ਹੈ? ਹਾਂ ਮੈਂ 2 ਵਾਰੀ ਡਿੱਗ ਚੁੱਕਿਆ ਹਾਂ ਜੀ। ਦੇਖੋ ਜੀ ਇਹਨੇ 2 ਵਾਰੀ ਡਿੱਗ ਚੁੱਕੇ ਆ, 2 ਵਾਰੀ ਡਿੱਗ ਚੁੱਕੇ ਆ ਜੀ। ਕਿੱਥੋਂ? ਮੈਂ ਉੱਪਰੋਂ ਡਿੱਗ ਗਿਆ ਸੀ ਇੱਕ ਵਾਰੀ ਛੱਤ ਤੋਂ, 3ਵੀਂ ਮੰਜ਼ਿਲ ਤੋਂ, ਮਤਲਬ ਕਿ ਡਿੱਗਾ ਪਹਿਲੀ ਮੰਜ਼ਿਲ ਪਿਛਾ ਡਿੱਗ ਪਿਆ ਸੀ, ਮਿੱਟੀ ਪਾਉਣ ਦਿਆ ਸੀ, ਇੱਕ ਵਾਰੀ ਬਾਲਿਆਂ ਦੀ ਛੱਤ ਤੋਂ ਡਿੱਗ ਗਿਆ ਸੀ। ਦੇਖੋ ਜੀ ਦੋ ਵਾਰੀ ਗਿਰੇ ਆ ਤੇ ਜ਼ਿੰਦਗੀ ਅਤੇ ਮੌਤ ਇੱਕ ਹੋ ਜਾਂਦੀ ਹੈ, ਤੇ ਇਸ ਕਰਕੇ ਕੋਈ ਵੀ ਵਿਅਕਤੀ ਹੈ ਜੋ ਇਹਨਾਂ ਨੂੰ ਕੰਮ ਕਰਾਉਂਦਾ, ਇਹਨਾਂ ਨੂੰ ਪੈਸੇ ਪੂਰੇ ਦੇਣੇ ਚਾਹੀਦੇ ਆ, ਇਹਨਾਂ ਦਾ ਹੱਕ ਨਹੀਂ ਖਾਣਾ ਚਾਹੀਦਾ। ਹਾਂ ਇਹਨਾਂ ਦਾ ਜੋ ਹੱਕ ਹੈ, ਕਿਉਂਕਿ ਇਸ ਵਿੱਚ ਜਾਨ ਦਾ ਖਤਰਾ ਵੀ ਹੋ ਸਕਦਾ ਹੈ। ਹਾਂ ਜੀ ਠੀਕ ਹੈ, ਇਹ ਆਪਣੀ ਜਾਨ ਤਲੀ ਤੇ ਰੱਖ ਕੇ ਆ, ਇੱਕ ਮਾਲਕ ਵਾਸਤੇ ਉਸਦਾ ਕੰਮ ਕਰਦੇ ਆ, ਤੇ ਅਸੀਂ ਇਹਨਾਂ ਨੂੰ ਸਿੱਖਿਆ ਕਿ ਕਿੰਨੇ ਮਿਹਨਤੀ ਆ ਇਹ ਲੋਕ, ਤੇ ਅਸੀਂ ਇਹਨਾਂ ਨੂੰ ਇੱਜ਼ਤ ਨਾਲ ਦੇਖਣਾ ਚਾਹੀਦਾ। ਹਾਂ ਜੀ ਦੇਖੋ ਜੀ ਇੱਕ ਹੈ ਵੀ ਇੱਥੋਂ ਘੰਟੇ 2 ਦਾ ਰਾਹ ਹੈ ਜੀ, ਸਾਈਕਲ ਚਲਾ ਕੇ ਕੰਮ ਵੀ ਕਰਨਾ ਹੈ, ਬਿਲਕੁਲ ਜੀ ਪਹਿਲੇ ਚਲਾ ਕੇ ਸਾਈਕਲ, 2 ਘੰਟੇ ਇਹ ਸਾਈਕਲ ਤੇ ਆਉਂਦੇ ਆ, 2 ਘੰਟੇ ਜਾਂਦੇ ਆ, ਹਾਂ ਫਿਰ ਕੰਮ ਵੀ ਕਰਨਾ ਹੈ, ਫਿਰ ਕੰਮ ਵੀ ਕਰਦੇ ਆ। ਦੇਖੋ ਇੰਨੇ ਮਿਹਨਤੀ ਲੋਕ ਹੈ, ਇਹਨਾਂ ਦੀ ਉਸਤਤ ਜਿੰਨੀ ਸ਼ਾਬਸ਼ ਦਿੱਤੀ ਜਾਏ ਉਨੀ ਜ਼ਿਆਦਾ ਹੈ। ਠੀਕ ਹੈ, ਬਹੁਤ ਖੁਸ਼ੀ ਹੋਈ ਤੁਸੀਂ ਇੱਥੇ ਆਏ ਸਾਡੇ ਸਟੂਡੀਓ ਵਿੱਚ, ਇੰਨੀ ਵਧੀਆ ਜਾਣਕਾਰੀ ਸਾਡੇ ਬੰਦਿਆਂ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ।